पेटी दे रखो, पेटी दे रखो। हाय आजा आजा नवीदिया। ओ ओ किधर आ रहा तादी आ दबाए के थे मैं जहन ना तू तो खाली भरे बेच रख रहे हो। ਤੁਹਾਨੂੰ ਇੱਥੇ ਰੋਈ ਦੀ ਇੱਕ ਹੋਰ ਮਜ਼ੇਦਾਰ ਗੱਲ ਦੱਸਾਂ ਪਈ ਆ ਕਿ ਰੋਈ ਦੇ ਵਿੱਚ ਜਿਹੜਾ ਨਾ ਤਾਂ ਲੋਕ ਗੈਸ ਬਾਲਦੇ ਹਨ ਨਾ ਜਿਹੜਾ ਨਾ ਉਹ ਕੋਈ ਲੱਕੜ ਮੁੱਲ ਲੈ ਅਤੇ ਬਾਲਦੇ ਹਨ। ਤੁਹਾਨੂੰ ਵਿਖਾਉਣੇ ਹੈ ਪਿਓਰ ਰੋਈ ਦੀ ਲੱਕੜ ਜਿਹੜੀ ਹੈਗੀ ਹੈ ਫਰੀ, ਬਿਲਕੁਲ ਫਰੀ, ਆਪਣੇ ਆਪਣੇ ਰਕਬੇ 'ਚ ਜਾਂ ਜਿੱਥੇ ਜਿੱਥੇ ਕਿਸੇ ਦਾ ਦਾਅ ਲੱਗੇ ਉੱਥੋਂ ਪੱਟ ਲੈਂਦੇ ਨੇ, ਵੱਢ ਲੈਂਦੇ ਨੇ। ਇਹ ਵੇਖ ਸਕਦੇ ਨੇ ਮੈਨੂੰ ਯਾਰ ਥੋੜ੍ਹੀ ਜਿਹੀ ਖੰਘ ਹੋਈ ਖੜੀ ਹੈ, ਤਬੀਅਤ ਖਰਾਬ ਜਿਹੀ ਹੈਗੀ ਹੈ। ਅਤੇ ਇਹ ਵੇਖੋ ਜ਼ਰਾ ਲੱਕੜ ਤੁਸੀਂ ਚੈੱਕ ਕਰੋ, ਜ਼ਬਰਦਸਤ, ਲੇਕਿਨ ਸੁੱਕ ਸੁੱਕ ਤੈਨੂੰ ਵੀ ਜਿਹੜਾ ਨਾ ਸੀਵੀ ਲੱਗੀ ਪਈ ਹੈ। ਲੱਕੜ ਯਾਰ ਬਹੁਤ ਜ਼ਿਆਦਾ ਪਈ ਹੈਗੀ ਫਰੀ ਦੇ ਵਿੱਚ, ਬਿਲਕੁਲ ਹੈ ਇਹਨਾਂ ਦੀ ਆਪਣੀ ਐਡੀ ਵੀ ਫਰੀ ਨਹੀਂ ਹੈਗੀ ਹੈ, ਵੇਖ ਸਕਦੇ ਨੇ। ਬੜੀ ਲੱਕੜ ਪਈ ਹੈਗੀ ਹੈ ਤੇ ਆ ਅੱਗਾ ਤਾਂ ਚਾਰਜ ਫਿਰ ਰੋਈ 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 ਨਜ਼ਰ ਆ ਸੀ। ਬੱਕਰੀਆਂ ਜਿਹੜੀਆਂ ਹੈਗੀਆਂ ਨੇ ਇੱਥੋਂ ਦੀ ਜੱਤ ਵਾਲੀਆਂ ਹੈਗੀਆਂ ਨੇ, ਸਾਡੇ ਤਾਂ ਉੱਥੇ ਬਿਲਕੁਲ ਗੋਣੀਆਂ ਜੀ ਹੈਗੀਆਂ ਨੇ ਬੱਕਰੀਆਂ। ਕਿੱਧਰੋਂ ਰਾਹ ਕਿੱਧੂ ਹੈ ਮਾਸ਼ਾਅੱਲਾ ਚੌਰੀ ਸਾਹਿਬ ਨੇ ਬਹੁਤ ਹੀ ਜ਼ਬਰਦਸਤ ਜਿਹੜਾ ਨਾ ਇੱਥੇ ਫਾਰਮ ਬਣਾ ਛੱਡੇ ਨੇ। ਅੱਗਾ ਵਿੱਚ ਨਹੀਂ ਕੀਆ ਜਾਂਦਾ, ਬੰਦ ਕਰ ਛੱਡਿਆ ਜੀ। ਬੱਕਰੀ ਵੇਖੋ ਤੁਸੀਂ ਜ਼ਰਾ ਚੈੱਕ ਕਰੋ, ਜੱਤ ਵਾਲੀਆਂ ਬੱਕਰੀਆਂ ਨੇ ਉੱਧਰ ਸਹੀ ਬਣ ਸੀ। ਆਹ ਵਾਟਰ ਸਪਲਾਈ ਦੀ ਪਾਈਪ ਲਾਈਨ ਆਈ ਹੋਈ ਇਹਨਾਂ ਦੇ ਸਪੈਸ਼ਲ, ਕਿਰ ਕਿਰ ਨਿਕਲੀ ਪਈ ਹੈ। ਅੱਛਾ ਇੱਕ ਘਰ ਤਾਂ ਆਈ ਹੈ ਨਾ, ਬੱਕਰੀਆਂ ਵੇਂਦੀਆਂ ਨੇ ਸਾਰੀਆਂ ਹੀ ਜੱਤ ਵਾਲੀਆਂ ਨੇ। ਉਹ ਉਹ ਬੱਕਰਾ ਚੈੱਕ ਕਰੋ, ਪਰਾਂ ਖੋਲਦੀਆਂ ਰਾਣਾ ਸਾਹਿਬ ਨੂੰ ਵਿਖਾ ਸਾ, ਮੈਂ ਆਪਣੇ ਬੌਸ ਨੂੰ ਵੇਖ ਸਕਦਾ ਵੀਡੀਓ ਵੇਖਦੇ ਪੈਣੇ। ਤੇ ਰਾਣਾ ਸਾਹਿਬ ਚੈੱਕ ਕਰੋ ਜ਼ਰਾ ਬੱਕਰਾ, ਤੁਸੀਂ ਮੈਂ ਨਾ ਇੱਕ ਰੋਈ ਚੋਏ ਜੇ ਬੱਕਰਾ ਲੈ ਚਲੋ ਤੁਸੀਂ। ਬੜਾ ਸੋਹਣਾ ਬੱਕਰਾ ਯਾਰ ਮਾਸ਼ਾਅੱਲਾ, ਰੂ ਕੇ ਚੁੱਕ ਕੇ ਮੰਗਾ ਸੀ ਆਏ। ਅੱਛਾ ਵੈਸੇ ਦੂਸਰੇ ਨਾਲ ਤਾਂ ਮੇਰੇ ਖਿਆਲ ਵਾਲੇ ਦਾ ਰੇਟ ਜ਼ਿਆਦਾ ਹੋਵੇ, ਬਹੁਤ ਜ਼ਿਆਦਾ ਚਾਈਨਾ ਤੇ 125 ਵਾਲਾ ਕੰਮ ਹੈ। ਅੱਛਾ ਅੰਦਾਜ਼ਾ ਤਾਂ ਕੋਈ ਨਹੀਂ ਹੈਗਾ, ਪਰ ਇਹ ਪਤਾ ਹੈ ਕਿ ਚਾਈਨਾ ਤੇ 125 ਵਾਲਾ ਕੰਮ ਹੈ, ਦੂਸਰੇ ਬੱਕਰੇ ਚਾਈਨਾ ਦੇ ਨੇ 125 ਦੀ ਤਰ੍ਹਾਂ। ਸਮਝ ਗਏ ਉਸ ਨੂੰ ਕੀ ਆਉਂਦਾ ਵੀ ਉਹਦਾ ਚਾਈਨਾ ਦੇ ਮੋਟਰਸਾਈਕਲ ਤੇ
1 to 5 ਦਾ ਕਿੰਨਾ ਕੁ ਫਰਕ ਹੈਗਾ ਇਹ ਉਹ ਸੀਨ ਹੈਗਾ ਇਹ ਇਹਦਾ ਮਤਲਬ ਹੈ ਕਿ ਜਿਹੜਾ ਆਪਣੇ ਦੇ ਬੱਕਰੇ ਨੂੰ ਚੈਨ ਵਾਲੇ ਨਹੀਂ ਆਹੋ ਨਹੀਂ ਨਹੀਂ ਯਾਰ ਉਹ ਵੀ ਬੜੇ ਬੱਕਰੇ ਤੋ ਕੀ ਕਰਦਾ ਹੈ ਹੁਣ ਗਾਈ ਛੱਡ ਕੇ ਅੱਛਾ ਨਾ ਯਾਰ ਐਵੇਂ ਕਿ ਚਾਹੇ ਦੂਸਰੇ ਮਹੀਨੇ ਜੀਪ ਰੈਲੀ ਹੁੰਦੀ ਹੈ ਨਾ ਜੀ ਅੱਜ ਦੂਸਰੇ ਮਹੀਨੇ ਮਹਿਮਾਨ ਬਾਰ ਬਾਰ ਤੋਂ ਆਉਂਦੇ ਨੇ ਇਹ ਸੜਕਾਂ ਸੁੜਕਾਂ ਜਿਹੜੇ ਬਾਰਿਸ਼ਾਂ ਨਾਲ ਟੋਏ ਛੋਏ ਪੈ ਗਏ ਹਨ ਉਹ ਮਤਲਬ ਕਿ ਸਹੀ ਕਰ ਰਹੇ ਹਨ ਲੋ ਦੇਖ ਸਕਦੇ ਫਿਰ ਚੋਰੀ ਸਾਹਿਬ ਦੇ ਮਹਿਮਾਨ ਆਉਂਦੇ ਨਾ ਬਾਹਰ ਤੋਂ ਅਤੇ ਉਹਨਾਂ ਵਾਸਤੇ ਸੜਕਾਂ ਸੁੜਕਾਂ ਬਾਰਿਸ਼ਾਂ ਨਾਲ ਜਿਹੜੇ ਟੋਏ ਪੈ ਗਏ ਸੀ ਉਹ ਸਾਰ ਜਿਹੜਾ ਬਣਾ ਰਹੇ ਹਨ ਵਾਹ ਜੀ ਵਾਹ ਕਿਆ ਜ਼ਬਰਦਸਤ ਮਾਹੌਲ ਹੈ ਯਾਰ ਚੋਰੀ ਸਾਹਿਬ ਨੇ ਮਾਸ਼ਾਅੱਲਾ ਤਲਕ ਤਾਂ ਬਣਾਇਆ ਇਹ ਪਿੱਛੇ ਰਿਹਾਇਸ਼ ਉਹਨਾਂ ਵਾਸਤੇ ਬੜੀ ਜ਼ਬਰਦਸਤ ਬਣਾ ਛੱਡੀ ਇਹਨੇ ਰਹਿਣ ਸਹਿਣ ਦਾ ਪ੍ਰੋਟੋਕੋਲ ਚੰਗਾ VIP ਦਿੰਦੇ ਚੋਰੀ ਸਾਹਿਬ ਆਪਣੇ ਮਹਿਮਾਨਾਂ ਨੂੰ ਅੱਲਾਹ ਦੀ ਜ਼ਾਤ ਮਜ਼ੀਦ ਇਸ ਤਰ੍ਹਾਂ ਦੇਵੇ ਚੋਰੀ ਸਾਹਿਬ ਨੂੰ।